ਹੈਲੋ 9th ਕਲਾਸ ਸਾਰੇ ਬੱਚਿਆਂ ਦਾ ਮੇਰੀ ਕਲਾਸ ਬਹੁਤ-ਬਹੁਤ ਸਵਾਗਤ ਹੈ ਤੇ ਐਕਸਰਸਾਈਜ਼ 15.1 ਦਾ ਕੁਐਸਚਨ ਨੰਬਰ 11 ਹੈ 11th ਕੁਐਸਚਨ ਹੈਗਾ ਸਾਡਾ 11 bags of wheat flour each marked 5 kg actually contained the following weights of flour ਇਹ ਉਹਨਾਂ ਦੇ weightਸ ਦਿੱਤੇ ਹੋਏ ਆ ਠੀਕ ਹੈ ਫਾਈਂਡ ਦਾ ਪ੍ਰੋਬੈਬਿਲਿਟੀ ਥੈਟ ਐਨੀ ਆਫ ðiਸ bags ਚੂਜ਼ਨ ਐਟ ਰੈਂਡਮ ਕੰਟੇਨਸ ਮੋਰ ਥੈਨ 5 kg ਆਫ ਫਲੋਰ ਆਟੇ ਦੀਆਂ ਉਹਨਾਂ 11 ਥੈਲੀਆਂ ਵਿੱਚ ਜਿਨ੍ਹਾਂ ਉੱਤੇ 5 ਕਿਲੋਗ੍ਰam ਅੰਕਿਤ ਹੈ ਅਸਲ ਵਿੱਚ ਆਟੇ ਦਾ weight ਲਿਖੀ ਅਨੁਸਾਰ ਭਾਰ ਕਿਲੋਗ੍ਰam ਵਿੱਚ ਹੈ ਭਾਰੇ ਸਾਡੇ ਕੋਲ ਹੈਗਾ 11 ਦੀਆਂ 11 ਥੈਲੀਆਂ ਦਾ ਤੇ ਉਹਨੇ ਪੁੱਛਿਆ ਕਿ ਅਚਾਨਕ ਚੁਣੀ ਗਈ ਇੱਕ ਥੈਲੀ ਵਿੱਚ 5 ਕਿਲੋਗ੍ਰam ਤੋਂ ਅधिक ਆਟਾ ਹੋਣ ਦੀ ਸੰਭਾਵਨਾ ਕੀ ਹੋਵੇਗੀ ਅਸੀਂ ਸੰਭਾਵਨਾ ਕੀ ਪਤਾ ਕਰਨੀ ਆ probability ਕੀ ਪਤਾ ਕਰਨੀ ਆ ਕਿ ਇਹ ਜਿਹੜੀਆਂ ਸਾਡੀਆਂ ਬੋਰੀਆਂ 11 ਥੈਲੀਆਂ ਸਾਨੂੰ ਦਿੱਤੀਆਂ ਹੋਈਆਂ ਇਨਾਂ ਦੇ ਵਿੱਚੋਂ ਅਸੀਂ ਅਚਾਨਕ ਇੱਕ ਬੋਰੀ ਜੇ ਚੱਕੀਏ ਤਾਂ ਕੀ ਸੰਭਾਵਨਾ ਆ ਕਿ ਉਹ ਬੋਰੀ ਜਿਹੜੀ 5 ਕਿਲੋ ਤੋਂ ਜ਼ਿਆਦਾ ਵਾਲੀ ਹੋਏਗੀ ਠੀਕ ਹੈ ਹੁਣ ਸਾਡੇ ਕੋਲ ਕੁੱਲ ਪ੍ਰਣਾਮ ਜਿਹੜੇ ਆ ਟੋਟਲ ਰਿਜ਼ਲਟ ਜਿਹੜੇ ਆ ਉਹ ਸਾਡੇ ਕੋਲ 11 ਆ ਕਿਉਂਕਿ ਥੈਲੀਆਂ 11 ਆ ਸਭ ਤੋਂ ਪਹਿਲਾਂ ਸਾਨੂੰ ਕੁੱਲ ਪ੍ਰਣਾਮ ਚਾਹੀਦੇ ਹੁੰਦੇ ਹਨਾ ਤੇ ਅਸੀਂ ਲਿਖ ਲੈਨੇ ਟੋਟਲ ਰਿਜ਼ਲਟਸ ਇਕੁਅਲ ਟੂ 11 ਕੁੱਲ ਪ੍ਰੀਨਾਮ ਕਿੰਨੇ ਆ 11 ਠੀਕ ਹੈ ਨਾ ਹੁਣ ਇਹਦੇ ਵਿੱਚੋਂ ਅਸੀਂ ਫੇਵਰੇਬਲ ਦੇਖਨੇ ਆ ਸਾਡ ਨੂੰ ਮਤਲਬ ਕਿਹੜੇ ਸਾਨੂੰ ਕਹਿ ਗਏ ਆ ਕਿਹਨਾਂ ਦੇ ਉੱਤੇ ਅਸੀਂ ਕੰਮ ਕਰਨਾ ਅਸੀਂ ਦੇਖਣਾ ਕਿ ਜਿਹੜੇ 5 ਕਿਲੋ ਤੋਂ ਜ਼ਿਆਦਾ ਬੋਰੀਆਂ ਉਹਨਾਂ ਅਸੀਂ ਉਹਨਾਂ ਦੀ ਗਿਣਤੀ ਦੇਖਣੀ ਹੈ ਸਾਡੇ ਲਈ ਫੇਵਰੇਬਲ ਉਹ ਹੀ ਆ ਨਾ ਕਿ ਅਸੀਂ ਉਹ ਹੀ ਦੇਖਨੇ ਆ ਕਿ ਸਾਡੀ ਜਿਹੜੀ ਬੋਰੀ ਆ ਅਸੀਂ ਅਚਾਨਕ ਚੁੱਕੀ ਇਹਨਾਂ ਦੇ ਵਿੱਚੋਂ ਤਾਂ 5 ਕਿਲੋ ਤੋਂ ਵੱਧ ਵਾਲੀ ਕਿੰਨੀ ਵਾਰੀ ਆ ਸਕਦੀ ਹੈ ਠੀਕ ਹੈ ਨਾ ਉਹਦੀ ਅਸੀਂ ਪ੍ਰੋਬੈਬਿਲਿਟੀ ਕੱਢਣੀ ਹੈ ਤੇ ਹੁਣ ਅਸੀਂ ਦੇਖੀਏ 1 2 3 4 5 6 ਤੇ 7 ਸਾਡੇ ਕੋਲ 7 ਬੋਰੀਆਂ ਇਦਾਂ ਦੀਆਂ ਆ ਜਿਨ੍ਹਾਂ ਦੇ ਵਿੱਚ 5 ਕਿਲੋ ਤੋਂ ਜ਼ਿਆਦਾ ਆਟਾ ਆ ਠੀਕ ਹੈ ਤੇ ਹੁਣ ਸਾਡੇ ਅਨੁਕੂਲ ਪ੍ਰਣਾਮ ਕਿਹੜੇ ਹੋਗੇ ਫਿਰ ਕੋਲ ਪ੍ਰਣਾਮ ਤਾਂ ਹੋਗੇ ਨਾ ਫੇਵਰੇਬਲ ਰਿਜ਼ਲਟ ਕਿਹੜੇ ਹੋ ਜਾਣੇ ਸਾਡੇ ਫੇਵਰੇਬਲ ਰਿਜ਼ਲਟਸ इज इक्वल टू किन्ने वन टू थ्री फोर फाइव सिक्स सेवन अनुकूल परिणाम साढ़े को गए सत सैवन आ गए तो हूँ असी प्रोबेबिलिटी कटनी है इवेंट घटना की कि है कि असी बोरी चुकनी है ठीक है प्रोबेबिलिटी ऑफ ईवेंट इज इक्वल टू फेवरेबल रिजल्ट अपॉन टोटल रिजल्ट ठीक है पंजाबी भी प्रोबेबिलिटी ऑफ इवेंट इज इक्वल टू अनुकूल परिणाम ਬਟਾ ਕੁੱਲ ਪਰਿਨਾਮ ਠੀਕ ਹੈ ਹੁਣ ਸੋਖੇ ਸਵਾਲ ਸਾਰੇ ਸੋਖੇ ਹੁੰਦੇ ਇਹ ਫੇਵਰੇਬਲ ਸਾਡੇ ਕੋਲ 7 ਹੈ ਬਟੇ ਚ ਟੋਟਲ ਸਾਡੇ ਕੋਲ ਆ ਜਾਣੇ अपॉन 11 ਇਹ ਸਾਡਾ ਆਨਸਰ ਹੋ ਗਿਆ ਕਿਉਂਕਿ ਇਹਦੇ ਵਿੱਚ ਕੁਝ ਵੀ ਸਾਂਝਾ ਨਹੀਂ ਹੈ ਉਹ ਕੱਟਣਾ ਤਾਂ ਹੈ ਨਹੀਂ 7 ਵੀ ਸਾਡੇ ਪ੍ਰਾਈਮ ਨੰਬਰ ਹੈ ਤੇ 11 ਵੀ ਪ੍ਰਾਈਮ ਨੰਬਰ ਹੈ ਠੀਕ ਹੈ ਤੇ ਇਹ ਸਾਡੀ ਆਨਸਰ ਆ ਗਿਆ 7/11 ਠੀਕ ਹੈ 11th ਕੁਐਸਚਨ ਸਾਡਾ ਕੰਪਲੀਟ ਹੋ ਗਿਆ ਨੈਕਸਟ ਕੁਐਸਚਨ ਲਈ ਅਸੀਂ ਫਿਰ ਮਿਲਦੇ ਆ ਬਾਏ ਬਾਏ